ਦਿਓ ਕਿ ਇੱਕ ਸਥਾਨਕ ਸਰਪੰਚ ਦੀ ਕਿਡਨੈਪਿੰਗ ਦੇ ਰੋਸ ਵਿੱਚ ਲੋਕਾਂ ਨੇ NH1 ਤੇ ਧਰਨਾ ਲਾਇਆ ਹੋਇਆ ਹੈ। ਪੰਜਾਬ ਸਰਕਾਰ ਹੱਥਾਂ ਤੇ ਹੱਥ ਰੱਖ ਕੇ ਬੈਠੀ ਹੋਈ ਹੈ। ਹਜੇ ਤੱਕ ਰੁਪਿੰਦਰ ਗਾਂਧੀ ਦਾ ਕੋਈ ਠੋਸ ਪਤਾ ਨਹੀਂ ਲੱਗਿਆ। ਗਾਂਧੀ ਇੰਨੀ ਛੇਤੀ ਨਹੀਂ ਮਰਦਾ। ਮੈਂ ਖੰਨੇ ਦੀ ਗੱਲ ਨਹੀਂ ਕਰਦਾ, ਮੈਂ ਪੂਰੇ ਪੰਜਾਬ ਚੁਣਾਵ ਬਣਾਉਣ ਦੀ ਗੱਲ ਕਰਦਾ। ਓ ਯਾਰੀ ਨਾਲ ਜਿਨ੍ਹਾਂ ਦੇ ਪੱਕੀ ਸਾਰੇ ਫਿਰਦੇ ਅਸਲੇ ਚੱਕੀ ਖੜਚਾ ਕਿਹੜਾ ਟੀਟਣੇ ਦੇ ਭੂਆ ਜੀ, ਜਦੋਂ ਦੋ ਮਰਦ ਆਪਸ ਚ ਗੱਲ ਕਰਦੇ ਹੋਣ ਤਾਂ ਵਿੱਚ ਨਹੀਂ ਬੋਲਦੇ। ਯਾਰੀ ਨਾਲ ਜਿਨ੍ਹਾਂ ਦੇ ਲੋਕੀ ਮੈਨੂੰ ਮੋਗੇ ਵਾਲੀ ਬੈਲਣ ਦੇ ਨਾਂ ਨਾਲ ਜਾਣਦੇ ਨੇ। ਗੁੱਸਾ ਰਿਹਾ ਸੁਭਾਲ ਕੁੜਾ, ਤੁਸੀਂ ਮੇਰੇ ਬਾਰੇ ਸੋਚਣਾ ਛੱਡ। ਤੇਰੀ ਜ਼ਿੰਦਗੀ ਚ ਵੀ ਕੋਈ ਹੋਰ ਹੋਈ ਨਾ ਗੋਲੀ ਮਾਰ ਦੂੰ। ਬੇ ਪੁੱਤ, ਜਦੋਂ ਤੂੰ ਘਰੋਂ ਜਾਂਦਾ ਨਾ ਤਾਂ ਮੈਨੂੰ ਬਹੁਤ ਡਰ ਲੱਗਦਾ। ਉਹ ਕੁਛ ਨਹੀਂ ਹੁੰਦਾ ਮੈਨੂੰ, ਤੂੰ ਐਵੇਂ ਨਾ ਡਰਿਆ ਕਰ। ਤੇਰੀ ਹਿੰਮਤ ਕਿਵੇਂ ਹੋਈ ਪੋਸਟਰ ਨੂੰ ਹੱਥ ਲਾਉਣ ਦੀ? ਚੁੱਪ ਗਿਆ ਜੀ। ਜਿਸ ਦਿਨ ਮੇਰਾ ਇਹ ਹੱਥ ਤੇਰੇ ਸਿਰ ਤੋਂ ਉੱਠ ਗਿਆ ਨਾ ਤਾਂ ਫਿਰ ਕਿਹੜਾ ਕਹਿੰਦੇ? ਫਿਰ ਤੁਸੀਂ ਇਹ ਹੱਥ ਚੱਕ ਹੀ ਲਓ। ਹੁਣ ਇਹ ਗਾਂਧੀ ਗਾਂਧੀ ਤੁਹਾਡੇ ਹੱਥ ਤੋਂ ਬਿਨਾਂ ਹੀ ਸਾਰੇ ਫੱਟੇ ਚੱਕਰ ਵਾਲੇ ਜੱਟ ਦੇ ਜਿਗਰ ਰਵਾ ਮਾਰ ਮਾਰ ਅਦਮੋਇਆ ਕਰਦਾ ਤੂੰ ਹੈ ਕੌਣ? ਗਾਂਧੀ ਖੰਨੇ ਵਾਲਾ। ਓਏ ਤੇਰਾ ਇਲਾਕਾ ਨਹੀਂ ਜਿੱਥੇ ਤੂੰ ਧੱਕਾ ਕਰੀ ਜਾਵੇਂ। ਧੱਕਾ ਕਰਨ ਦਾ ਸਵਾਦ ਹੀ ਦੂਜੇ ਦੇ ਇਲਾਕੇ ਚ ਆਉਂਦਾ। ਤੁਹਾਡਾ ਨਾਮ ਬਹੁਤ ਸੁਣਿਆ ਕਿ ਤੁਸੀਂ ਹਰ ਮਜ਼ਰੂ ਦੇ ਨਾਲ ਖੜੇ ਹੁੰਦੇ। ਤੇ ਜਿਹੜਾ ਬੰਦਾ ਔਰਤ ਦੀ ਇੱਜ਼ਤ ਨਹੀਂ ਨਾ ਕਰਦਾ ਉਹ ਮੇਰਾ ਸਭ ਤੋਂ ਵੱਡਾ ਦੁਸ਼ਮਣ ਹੈ। ਤੁਸੀਂ ਪੁਲਿਸ ਨੂੰ ਹੱਥ ਪਾਇਆ, ਕਿਸੇ ਨੂੰ ਤਾਂ ਸਜ਼ਾ ਭੁਗਤਣੀ ਪਊ। ਉਹ ਬਾਈਦਾ ਹੁਣ ਕਿ ਦੁਬਾਰਾ ਲਵਾਉਣਾ ਨੰਬਰ? ਬੈਠਾ ਤਾਂ ਜੇ ਬੈਠਣ ਜੋਗਾ। ਗਾਂਧੀ ਚਾਹੀਦਾ ਮੈਨੂੰ ਗਾਂਧੀ। ਲੈ ਆ ਗਿਆ ਗਾਂਧੀ। ਅਸੀਂ ਬੈਠਾਂਗੇ ਆਹ ਸਟੇਜ ਵਾਲੀਆਂ ਕੁਰਸੀਆਂ ਤੇ, ਜੇ ਲੋੜ ਪਈ ਤਾਂ ਬੈਠਾਂਗੇ MLA ਦੀ ਕੁਰਸੀ ਤੇ। ਸਰਪੰਚ ਬਣ ਦੇ ਖਾਤਰੇ ਤੇਰੇ ਮੰਤਰੀ ਬਣੇਗਾ। ਚਲੋ ਫਿਰ ਪਹਿਲਾਂ ਤੁਹਾਡੀ ਆਹੀ ਖੁਆਇਸ਼ ਪੂਰੀ ਕਰਦਾ। ਮੈਨੂੰ ਉਸ ਦਾ ਪੱਕਾ ਇਲਾਜ ਚਾਹੀਦਾ ਜਿਹੜਾ ਜੰਮਿਆ ਗਾਂਧੀ ਦਾ ਕੰਡਾ ਕੱਢਣ ਵਾਲਾ। ਕਿਉਂ ਡਰੂ ਚੜ੍ਹਨੇ ਰਹੇ? ਇਹੀ ਖੌਫ ਹੈ ਗਾਂਧੀ ਦਾ, ਇਹ ਖੌਫ ਹੈ ਗਾਂਧੀ ਦੇ ਯਾਰਾਂ ਦਾ। ਗਾਂਧੀ ਹੋਰੇ ਫੇਰ ਆ ਰਹੇ ਨੇ।